ਆਪਣੇ ਮੁਤਾਬਕ ਆਪਣੀ ਹੋਣੀ ਨੂੰ ਘੜਨਾ ਵਿਚਰਨਾ ਚੱਲਣਾ ਸ਼ੁਰੂ ਕੀਤਾ ਅਤੇ ਉਹ ਕੁਦਰਤੀ ਤੌਰ 'ਤੇ ਟਕਰਾਓ ਜਿਹੜਾ ਵਾ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ। ਉਹ ਫਿਰ ਉਸ ਸਮੇਂ ਜਿਹੜੀ ਸੀਗੀ ਉਹ ਲੰਮਾ ਚਿਰ ਗੁਲਾਮ ਹੋਣ ਦੇ ਕਾਰਨ ਕੁਝ ਸਾਡੇ 'ਤੇ ਸਿੱਧਾ ਅਟੈਕ ਨਹੀਂ ਸੀ ਕਰ ਸਕੀ, ਭਾਵੇਂ ਕਿ ਆਪਣੇ ਮੁਤਾਬਕ ਆਪਣੀ ਹੋਣੀ ਨੂੰ ਘੜਨਾ ਵਿਚਰਨਾ ਅਤੇ ਚੱਲਣਾ ਸ਼ੁਰੂ ਕੀਤਾ ਉਹ ਕੁਦਰਤੀ ਟਕਰਾਓ ਜਿਹੜਾ ਵਾ ਜਿਹੜਾ ਵਾ ਇੱਕ ਨੇਸ਼ਨ ਹੈ ਇੱਕ ਜਿਹੜਾ ਸਟੇਟ ਦਾ ਜਿਹੜਾ ਵਾ ਉੱਥੇ ਸੰਕਲਪ ਜਿਹੜਾ ਚਲਾਇਆ ਵਾ ਅਤੇ ਉਹ ਭਾਵੇਂ ਵੱਖੋ ਵੱਖਰੀਆਂ ਭਿੰਨਤਾਵਾਂ ਹੋਰਨੀਆਂ ਸਟੇਟਾਂ ਦੇ ਵਿੱਚ ਵੀ ਹੈ ਨੇ ਅਤੇ ਰਹੀਆਂ ਵੀ ਨੇ, ਕਿਉਂਕਿ ਉਹ ਜਿਹੜਾ ਮੁਲਕ ਸੀਗਾ ਉਹ ਇੱਕ ਮੁਲਕ ਕਦੀ ਵੀ ਇਤਿਹਾਸਿਕ ਤੌਰ 'ਤੇ ਹੋਇਆ ਹੀ ਨਹੀਂ ਸੀਗਾ, ਮੁਲਕ ਤੋਂ ਹੀ ਇੱਕ ਸਬ ਕੰਟੀਨੈਂਟ ਦੇ ਤੌਰ 'ਤੇ ਵਿਚਰਦਾ ਸੀਗਾ। ਉਹਦੇ 'ਚ ਵੱਖਰੀਆਂ ਭਾਸ਼ਾਵਾਂ ਵੱਖਰੀਆਂ ਬੋਲੀਆਂ ਉਹ ਕੁਦਰਤੀ ਤੌਰ 'ਤੇ ਹੈ ਹੀ ਸੀਗੀਆਂ, ਪਰ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਸੀਗੀ ਉਹ ਸਿੱਖ ਸਿਧਾਂਤ ਤੋਂ ਆਉਂਦੀ ਸੀ, ਕਿਉਂਕਿ ਬਾਕੀਆਂ ਤੋਂ ਆਪਦੇ ਕੰਟਰੋਲ ਦੇ ਵਿੱਚ ਕਰ ਸਕਦੇ ਸੀਗੇ, ਪਰ ਸਿੱਖ ਸਿਧਾਂਤ ਉਹਨਾਂ ਦੇ ਰਾਹ ਦੇ ਵਿੱਚ ਜਿਹੜਾ ਸੀਗਾ ਇੱਕ ਵੱਡੀ ਅੜਚਨ ਸੀਗੀ, ਜਿਸ ਨੂੰ ਉਹ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ 1970 ਤੋਂ ਹੀ ਚੱਲਦੀਆਂ ਰਹੀਆਂ। 1982 ਦੇ ਵਿੱਚ ਜਦ ਸਿੱਖ ਸਟੇਜ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਉੱਭਰ ਕੇ ਆਉਂਦੀ ਹੈ, ਧਰਮਯੁੱਧ ਮੋਰਚਾ ਲੱਗਦਾ, ਤਾਂ ਸੰਤ ਜਰਨੈਲ ਸਿੰਘ ਨੇ ਉਹ ਜਿਹੜੀ ਪੁਰਾਣੀ ਸਿੱਖਾਂ ਦੀ ਜਿਹੜੀ ਸਿਧਾਂਤਕ ਧਾਰਨਾ ਵਾ ਸਿੱਖ ਮਨਾਂ ਦੇ ਵਿੱਚ ਭਰਨੀ ਸ਼ੁਰੂ ਕੀਤੀ ਵੀ ਸਿੱਖ ਸਿਧਾਂਤ ਦੇ ਮੁਤਾਬਕ ਜੇ ਸਿੱਖਾਂ ਨੇ ਇੱਥੇ ਰਹਿਣਾ ਅਤੇ ਸਿੱਖ ਜਿਹੜਾ ਵਾ ਉਹ ਇੱਕ ਆਜ਼ਾਦ ਸ਼ਹਿਰੀ ਦੇ ਤੌਰ 'ਤੇ ਰਹਿਣਗੇ, ਦੂਸਰੇ ਨੰਬਰ ਦੇ ਜਿਹੜੇ ਆ ਉਹ ਸ਼ਹਿਰੀ ਬਣ ਕੇ ਜਿਹੜਾ ਵਾ ਉਹ ਇੱਥੇ ਨਹੀਂ ਰਹਿ ਸਕਦੇ, ਤਾਂ ਉਹਨਾਂ ਨੂੰ ਇੱਕ ਜਿਹੜਾ ਬਹੁਤ ਵੱਡਾ ਚੈਲੰਜ ਹੋਇਆ, ਜਿਹੜੇ ਕਾਰਨ ਇਹ ਜਿਹੜੇ ਆ ਉਹ ਹਮਲੇ 'ਤੇ ਬਣਦੇ। ਹਮਲੇ ਤੋਂ ਬਾਅਦ ਦੀ ਸਥਿਤੀ ਜਿਹੜੀ ਆ ਹੁਣ ਉਸੇ ਟਾਈਮ 'ਤੇ ਹੀ ਭਾਵੇਂ ਕਿ ਉਹਨਾਂ ਹਾਕਮਾਂ ਨੂੰ ਵੀ ਸਿੱਖਾਂ ਦੀਆਂ ਮਾਨਸਿਕ ਭਾਵਨਾਵਾਂ ਦਾ ਜਿਹੜਾ ਵਾ ਉਹ ਚੰਗੀ ਤਰ੍ਹਾਂ ਪਤਾ ਸੀਗਾ, ਪਰ ਜਾਣ ਬੁੱਝ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਵੀ ਸਿੱਖ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਕੁਚਲ ਦਿੱਤਾ ਜਾਵੇ, ਕਿਉਂਕਿ ਸਿੱਖਾਂ ਦਾ ਜਿਹੜਾ ਰਿਸ਼ਤਾ ਵਾ ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਨਾਲ ਜਿਹੜਾ ਵਾ ਉਹ ਇੱਕ ਐਸਾ ਅਟੁੱਟ ਰਿਸ਼ਤਾ ਵਾ ਕਿ ਜਦੋਂ ਗੁਰੂ ਸਾਹਿਬਾਂ ਦੇ ਕਾਲ ਤੋਂ ਬਾਅਦ ਬਾਬਾ ਬੰਦਾ ਬਹਾਦਰ ਦੀ ਅਗਵਾਈ ਤੋਂ ਬਾਅਦ ਜਾਂ ਕੁਝ ਸਮੇਂ ਉਸ ਸਮੇਂ ਵੀ ਜਦੋਂ ਸਿੱਖਾਂ ਦੇ ਵਿੱਚ ਕੋਈ ਆਪਸੀ ਦੁਵਿਧਾ ਜਿਹੜੀ ਆ ਉਹ ਆਈ ਆ, ਤਾਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਿਹੜਾ ਵਾ ਉਹ ਸਿੱਖਾਂ ਦਾ ਇੱਕ ਕੇਂਦਰ ਜਿਹੜਾ ਵਾ ਉਹ ਬਣ ਕੇ ਉੱਭਰਿਆ, ਕਿਉਂਕਿ ਗੁਰੂ ਕਾਲ ਤੋਂ ਬਾਅਦ ਜਿਹੜੀ ਆ ਅਗਵਾਈ ਜਿਹੜੀ ਆ ਉਹ ਸਿੱਖ ਹਮੇਸ਼ਾ ਸਿੱਖਾਂ ਨੇ ਉੱਥੋਂ ਲੈਣੀ ਸ਼ੁਰੂ ਕੀਤੀ, ਅਤੇ ਉਹ ਇੱਕ ਅਟੁੱਟ ਰਿਸ਼ਤਾ ਜਿਹੜਾ ਵਾ ਜਿਹੜਾ ਗੁਰੂ ਕਾਲ ਦੇ ਸਮੇਂ ਗੁਰੂਆਂ ਦੇ ਨਾਲ ਸੀਗਾ ਉਹ ਹਰਿਮੰਦਰ ਸਾਹਿਬ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਦਾ ਅਟੁੱਟ ਰਿਸ਼ਤਾ ਜਿਹੜਾ ਬਣਿਆ ਸੀ। ਇਸ ਨੂੰ ਸਰਦਾਰ ਕਪੂਰ ਸਿੰਘ ਉਹ ਹਮਲੇ ਤੋਂ ਬਾਅਦ ਛੇਤੀ ਇੱਕ ਲੇਖ ਲਿਖਦੇ ਆ ਅਤੇ ਉਹਦੇ ਵਿੱਚ ਉਹਨਾਂ ਨੇ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਵਾ ਵੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਉਸ ਰਿਸ਼ਤੇ ਨੂੰ ਦੱਸਿਆ ਵਾ ਵੀ ਜਿਹੜਾ ਇਹ ਸਿੱਖਾਂ ਦਾ ਸ਼੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਨਾਲ ਜੁੜਨੇ ਉਹ ਆਉਂਦੇ ਵੀ ਜਿਹੜਾ ਹਰਿਮੰਦਰ ਸਾਹਿਬ ਹਨ ਉਹ ਸਿੱਖਾਂ ਦੇ ਲਈ ਜਿਹੜਾ ਵਾ ਉਹ ਇੱਦਾਂ ਵਾ ਜਾਂ ਸਿੱਖ ਧਰਮ ਦੇ ਪਛਿੰਦਿਆਂ ਲਈ ਉਹ ਇੱਦਾਂ ਵਾ ਵੀ ਹਰਿਮੰਦਰ ਸਾਹਿਬ ਜਿਹੜਾ ਵਾ ਅਤੇ ਇਸ ਦੇ ਨਾਲ ਜੁੜਵੇਂ ਸਮੂਹ ਨੂੰ ਸੰਸਾਰ ਇਤਿਹਾਸ ਅੰਦਰਲੇ ਹੋਰਨਾਂ ਧਾਰਮਿਕ ਜਾਂ ਰਾਜਨੀਤਿਕ ਕੇਂਦਰਾਂ ਵਾਂਗੂ ਨਹੀਂ ਦੇਖਿਆ ਜਾ ਸਕਦਾ, ਇਸ ਉੱਤੇ ਉਹ ਨਿਯਮ ਜਾਂ ਮਾਪਦੰਡ ਲਾਗੂ ਨਹੀਂ ਹੁੰਦੇ ਜੋ ਵੈਟੀਕਨ ਮੱਕੇ ਬਨਾਰਸ ਜਾਂ ਯਰੂਸ਼ਲਮ ਆਦਿ ਉੱਤੇ ਹੁੰਦੇ ਹਨ। ਇਸ ਦੀ ਹੈਸੀਅਤ ਅਤੇ ਰੁਤਬਾ ਅਸਲੋਂ ਹੀ ਵੱਖਰਾ ਹੈ। ਇਸ ਸੰਬੰਧ ਵਿੱਚ ਦੋ ਅਟੱਲ ਸੱਚਾਈਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਹਨ। ਇੱਕ ਇਹ ਕਿ ਇਹ ਰੁਤਬਾ ਸਿੱਖਾਂ ਦੇ
अजोके मन सिखां दे मन दी अजोके समय दी काढ नहीं। इस दीआं बुनियादां सिख धर्म दे न्यारे सिधांतां विच हन अते इतिहास इस दी डटवीं हामी भरदा है। दूजा ये कि यह रुतबा किसी दुनियावी ताकत की बख्शिश नहीं है, ये जन्म सिद्ध है। इस करके कोई दुनियावी ताकत इसनों सिखां कोलों खो नहीं सकती। अजिहा करन दा उसनों कोई नैतिक अधिकार नहीं। जिसने दिता नहीं उसनों खोण दी दा कोई हक नहीं। कोई राज जां हकूमत इसनों ताकत दे जोर मिटा नहीं सकती। अजिहा कर सकना उसने वस नहीं। ਇਹ ਮਸਲਾ ਅਜਿਹਾ ਹੈ ਜਿਸ ਉੱਤੇ ਕੋਈ ਸਿੱਖ ਵੀ ਸਮਝੌਤਾ ਨਹੀਂ ਕਰ ਸਕਦਾ। ਜੇਕਰ ਉਹਨਾਂ ਚੋਂ ਕੋਈ ਕਰਨਾ ਚਾਹੇ ਤਾਂ ਉਸ ਨੂੰ ਸਿੱਖਾਂ ਦੀਆਂ ਨਜ਼ਰਾਂ 'ਚੋਂ ਡਿੱਗਦਿਆਂ ਦੇਰ ਨਹੀਂ ਲੱਗਦੀ। ਇਹ ਜਿਹੜਾ ਇੱਕ ਅਟੁੱਟ ਰਿਸ਼ਤਾ ਸਿੱਖਾਂ ਦਾ ਹਰਿਮੰਦਰ ਸਾਹਿਬ ਬਾਰੇ ਆ, ਉਹਦੇ 'ਤੇ ਸਰਦਾਰ ਕਪੂਰ ਸਿੰਘ ਹੋਣਾ ਨੇ ਉਸ ਸਮੇਂ ਜਿਹੜਾ ਸੀਗਾ ਉਹ ਬਹੁਤ ਵਧੀਆ ਉਸਦੀ ਪਰਿਭਾਸ਼ਾ ਜਿਹੜੀ ਦੱਸੀ ਸੀਗੀ। ਉਸ ਇਸ ਰਿਸ਼ਤੇ ਨੂੰ ਸਮਝਦਿਆਂ ਹੀ ਜਿਹੜੀ ਸਿੱਖਾਂ ਨੇ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਲੜਾਈ ਲੜੀ ਆ, ਕਿਉਂਕਿ 220 ਸਾਲ ਤੋਂ ਬਾਅਦ ਤਕਰੀਬਨ ਜਿਹੜਾ ਵਾ ਉਹ ਉੱਥੇ ਦਰਬਾਰ ਸਾਹਿਬ ਦੇ ਉੱਤੇ ਦੁਬਾਰਾ ਹਮਲਾ ਕਿਸੇ ਹਕੂਮਤ ਤੋਂ ਕੀਤਾ ਗਿਆ ਅਤੇ ਪਿਛਲੇ 1849 ਤੋਂ ਬਾਅਦ ਜਿਹੜਾ ਸਿੱਖਾਂ ਦਾ ਜੀਵਨ ਵਾ ਉਹ ਤਕਰੀਬਨ ਸ਼ਾਂਤਮਈ ਰਿਹਾ। ਚਲੋ ਮੋਰਚੇ ਲੱਗਦੇ ਰਹੇ ਜਾਂ ਦੂਜਾ ਲੱਗਦੇ ਰਹੇ, ਪਰ ਸਿੱਧੀ ਜਿਹੜੀ ਲੜਾਈ ਆ ਮੈਦਾਨੇ ਜੰਗ ਦੇ ਵਿੱਚ ਜਿਹੜਾ ਖਾਲਸਾ ਵਾ ਉਹ 1849 ਤੋਂ ਬਾਅਦ ਜਿਹੜਾ ਵਾ ਉਹ ਬਹੁਤ ਘੱਟ ਲੜਿਆ। ਅਤੇ ਹਕੂਮਤਾਂ ਨੂੰ ਵੀ ਮਨ ਦੇ ਵਿੱਚ ਇਹ ਸੀਗਾ ਵੀ ਜਿਹੜਾ ਕੰਮ ਆ ਇਹ ਸਾਡੇ ਲਈ ਬਹੁਤ ਸੌਖਾ, ਪਰ ਜਿਸ ਸਮੇਂ ਦਰਬਾਰ ਸਾਹਿਬ ਦੇ ਉੱਤੇ ਚੜ੍ਹ ਕੇ ਆਏ ਅਤੇ ਉਹਨਾਂ ਦੇ ਲਈ ਇਹ ਬਹੁਤ ਹੈਰਾਨੀਜਨਕ ਚੀਜ਼ ਸੀ, ਕਿਉਂਕਿ ਜਿਹੜੇ ਸਿੱਖ ਉਹ ਰਿਸ਼ਤੇ ਨੂੰ ਅਪਣਾਏ ਸੀ ਭਾਵੇਂ ਉਹ ਗਿਣਤੀ ਦੇ ਵਿੱਚ ਥੋੜ੍ਹੇ ਸੀਗੇ, ਉਹਨਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ 18ਵੀਂ ਸਦੀ ਦਾ ਇਤਿਹਾਸ ਜਿਹੜਾ ਵਾ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਦਹਰਾਇਆ। ਹੁਣ ਗੱਲ ਇਹ ਆਉਂਦੀ ਆ ਅੱਜ 36 ਸਾਲ ਬਾਅਦ ਜਿਹੜੇ ਸਵਾਲਾਂ ਦੇ ਉੱਤੇ ਅਸੀਂ ਖੜ੍ਹੇ ਹਾਂ ਵੀ ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਕਿੱਦਾਂ ਲਿਆ ਜਾਂ ਉਸ ਰਿਸ਼ਤੇ ਨੂੰ ਜਿਹੜਾ ਵਾ ਉਹ ਅਸੀਂ ਕਿੱਦਾਂ ਨਿਭਾਇਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਮੇਂ ਦੇ ਵਿੱਚ ਜਦੋਂ ਉੱਥੇ ਧਰਮ ਯੁੱਧ ਮੋਰਚਾ ਚੱਲਦਾ ਸੀ ਅਤੇ ਜੋ ਉਸ ਸਮੇਂ ਘੋਖਿਆਂ ਜਾਂ ਵਿਚਾਰਿਆਂ ਸਾਹਮਣੇ ਆਉਂਦਾ ਵਾ ਵੀ ਦੋ ਤਰ੍ਹਾਂ ਦੇ ਜਿਹੜੇ ਆ ਉਹ ਸਿੱਖ ਉੱਥੇ ਵਿਚਰ ਰਹੇ ਸੀ, ਦੋ ਤਰ੍ਹਾਂ ਦੇ, ਇੱਕ ਤਾਂ ਜਿਹੜੇ ਸੰਤ ਜਰਨੈਲ ਸਿੰਘ ਦੀ ਅਗਵਾਈ ਥੱਲੇ ਸੀ ਅਤੇ ਦੂਜੇ ਚਲੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਥੱਲੇ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ, ਅਤੇ ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਥੱਲੇ ਵੀ ਦੋ ਤਰ੍ਹਾਂ ਦੇ ਜਿਹੜੇ ਲੋਕ ਸੀਗੇ ਉਹ ਵਿਚਰ ਰਹੇ ਸੀ। ਜਦੋਂ ਮੋਰਚਾ ਲੱਗਾ ਸੀ ਅਤੇ ਉਦੋਂ ਜੇ ਵੇਖਣ ਦੇ ਵਿੱਚ ਆਪਾਂ ਸਾਰੇ ਇਤਿਹਾਸ ਨੂੰ ਘੋਖੀਏ ਤਾਂ ਜਿੰਨਾ ਪੜ੍ਹਿਆ ਲਿਖਿਆ ਵਰਗ ਜਿਹਨੂੰ ਆਪਾਂ ਅਲੀਟ ਕਹਿ ਲੈਂਦੇ ਹਾਂ ਜਾਂ ਉਸ ਸਮੇਂ ਦੇ ਬੁੱਧੀਜੀਵੀ ਆ ਉਹ ਸੰਤ ਜਰਨੈਲ ਸਿੰਘ ਦੇ ਨਾਲ ਹਮੇਸ਼ਾ ਸਲਾਹ ਮਸ਼ਵਰਾ ਕਰਦੇ, ਸਟੇਟਮੈਂਟਾਂ ਦਿੰਦੇ, ਜਾਂ ਉਸ ਸਮੇਂ ਜਿਹਨੂੰ ਅਸੀਂ ਸਿੱਖ ਕੌਮ ਦਾ ਹਰਿਆਵਲ ਦਸਤਾ ਕਹਿੰਦੇ ਸੀਗੇ ਆਪਣੇ ਸਿੱਖ ਸਟੂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹਦੀ ਜਿਹੜੀ ਲੀਡਰਸ਼ਿਪ ਆ ਉਹ ਪ੍ਰੈਸ ਦੇ ਵਿੱਚ ਜਾਂ ਹੋਰਨਾਂ ਸਟੇਟਮੈਂਟਾਂ ਦੇ ਵਿੱਚ ਜਾਂ ਉਹ ਮੋਰਚੇ ਦੀ ਅਗਵਾਈ ਦੇ ਵਿੱਚ ਜਿਹੜੀ ਆ ਉਹ ਹਰ ਥਾਂ 'ਤੇ ਉਹਦਾ ਪ੍ਰਭਾਵ ਜਿਹੜਾ ਉਹ ਬਹੁਤ ਜ਼ਿਆਦਾ ਸੀਗਾ। ਦੂਸਰੇ ਲੋਕ ਉਹ ਸੀਗੇ ਜਿਹੜੇ ਇਸ ਅਟੁੱਟ ਰਿਸ਼ਤੇ ਨੂੰ ਸਮਝਦੇ ਹੋਏ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਆਪਾ ਕੁਰਬਾਨ ਕਰਨ ਦੇ ਲਈ ਜਿਹੜੇ ਸੀਗੇ ਉਹ ਉੱਥੇ ਆਏ ਸੀ। ਹੁਣ ਅੱਜ ਜਦੋਂ ਉਸ ਫੈਡਰੇਸ਼ਨ ਦੀ ਲੀਡਰਸ਼ਿਪ ਦੇ ਵੱਲੇ ਝਾਤ ਮਾਰੀਏ ਤਾਂ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਆ ਵੀ ਉਹ ਭਾਵੇਂ ਉਸ ਸਮੇਂ ਕਿੰਨੀ ਵੀ ਅਗਵਾਈ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਕਰ ਰਹੇ ਸੀ, ਪਰ ਸੰਤ ਜਰਨੈਲ ਸਿੰਘ ਦੀ ਨਜ਼ਰ ਦੇ ਵਿੱਚ ਜਿੱਥੇ ਕੌਮ ਦੇ ਲਈ ਧਰਮ ਦੇ ਲਈ ਮਰਨ ਦੀ ਗੱਲ ਆਉਂਦੀ ਆ
ਉੱਥੇ ਮੇਰੇ ਖਿਆਲ ਦੇ ਵਿੱਚ ਸੰਤ ਉਦੋਂ ਵੀ ਸਮਝਦੇ ਸੀ ਵੀ ਉਹ ਪੂਰੇ ਛਿੰਦ ਨਾ ਉਤਰਨ, ਕਿਉਂਕਿ ਭਾਈ ਅਮਰੀਕ ਸਿੰਘ ਅਤੇ ਕੁਝ ਹੋਰ ਫੈਡਰੇਸ਼ਨ ਲੀਡਰਾਂ ਤੋਂ ਬਗੈਰ ਜਦੋਂ ਦਰਬਾਰ ਸਾਹਿਬ ਦੀ ਮੋਰਚਾਬੰਦੀ ਵੀ ਸੰਤਾਂ ਨੇ ਕੀਤੀ ਆ, ਅਤੇ ਤਕਰੀਬਨ ਇਹ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਇਹਨੂੰ ਮੋਰਚਾਬੰਦੀ ਦੇ ਬਾਹਰਲੇ ਘੇਰੇ ਦੇ ਵਿੱਚ ਅਤੇ ਉਹਨਾਂ ਥਾਵਾਂ ਦੇ ਉੱਤੇ ਰੱਖਿਆ ਗਿਆ ਵਾ ਵੀ ਉਹਨਾਂ ਨੂੰ ਜਿੱਦਾਂ ਪਤਾ ਹੀ ਹੁੰਦਾ ਵਾ ਵੀ ਇਹਨਾਂ ਨੇ ਇੱਥੋਂ ਚਲੇ ਜਾਣਾ ਵਾ, ਇੱਥੋਂ ਭੱਜ ਜਾਣਾ ਵਾ, ਅਤੇ ਉਹ ਪਹਿਲਾਂ ਹੀ ਉਹਨਾਂ ਨੂੰ ਉਹ ਜਿਹੜਾ ਮੌਕਾ ਮੁਹੱਈਆ ਕੀਤਾ ਜਾਵੇ। ਅਤੇ ਉਹ ਕੁਝ ਉਹ ਲੋਕ ਜਿਨ੍ਹਾਂ ਦਾ ਬਾਰੇ ਸੰਤਾਂ ਨੂੰ ਪਤਾ ਸੀਗਾ ਵੀ ਇਹ ਗੁਰੂ ਦੇ ਸਿਧਾਂਤ ਦੇ ਅਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉਸ ਅਟੁੱਟ ਰਿਸ਼ਤੇ ਅਤੇ ਅਕਾਲ ਤਖ਼ਤ ਸਾਹਿਬ ਦੇ ਉਸ ਅਟੁੱਟ ਰਿਸ਼ਤੇ ਦੇ ਨਾਲ ਐਸੇ ਬੱਝੇ ਹੋਏ ਆ ਵੀ ਇਹ ਅਖੀਰਲੇ ਸਮੇਂ ਤੱਕ ਦੁਸ਼ਮਣ ਨੂੰ ਜਿਹੜੀ ਆ ਲੜਾਈ ਦੇਣਗੇ ਉਹ ਸੰਤਾਂ ਨੇ ਆਪਣੇ ਜਥੇ ਦੇ ਵਿੱਚ ਨਾਲ ਰੱਖੀ। ਸ਼ਹਾਦਤਾਂ ਦੀ ਗਿਣਤੀ ਵੀ ਕੱਢ ਕੇ ਦੇਖੀਏ ਅਤੇ ਉਹ ਇੱਦਾਂ ਹੀ ਹੋਇਆ ਵਾ ਵੀ ਉਹ ਧਰਮ ਨੂੰ ਪਰਨਾਏ ਹੋਏ ਉਹ ਲੋਕ, ਕਿਉਂਕਿ ਅੱਜ ਸਿੱਖ ਕੌਮ ਦੇ ਵਿੱਚ ਇਹ ਵਿਸ਼ਾ ਬਹੁਤ ਚੱਲ ਰਿਹਾ ਵਾ ਕਿ ਦੁਨਿਆਵੀ ਗਿਆਨ ਦੀ ਜਿਹੜੀ ਆ ਉਹ ਸਿੱਖਾਂ ਨੂੰ ਘਾਟ ਵਾ, ਅਤੇ ਜਿੱਦਣ ਸਿੱਖ ਜਿਹੜੇ ਆ ਉਹ ਦੁਨਿਆਵੀ ਗਿਆਨ ਜਿੰਨਾ ਜ਼ਿਆਦਾ ਹਾਸਲ ਕਰ ਲੈਣਗੇ ਓਨਾ ਹੀ ਉਹ ਛੇਤੀ ਤਰੱਕੀ ਕਰ ਲੈਣਗੇ ਅਤੇ ਆਪਣੇ ਧਰਮ ਨੂੰ ਬਚਾ ਲੈਣਗੇ। ਇਹ ਗੱਲ ਅਸੀਂ ਤਾਂ ਛੋਈ ਆ। ਸੋ ਇਹ ਦੁਨਿਆਵੀ ਗਿਆਨ ਵਾਲੇ ਲੋਕ 1984 ਦੇ ਵਿੱਚ ਸੰਤਾਂ ਨੇ ਵੀ ਪਰਖੇ ਅਤੇ 1984 ਤੋਂ ਬਾਅਦ ਇੱਕ ਗੱਲ ਇਹ ਵੀ ਜ਼ਰੂਰ ਵਿਚਾਰਨ ਵਾਲੀ ਆ ਵੀ ਜਿਹੜਾ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਜੰਗ ਵਾ ਉਹ ਸਿਰਫ 3-4 ਜਾਂ 5 ਦਿਨ ਨਹੀਂ ਚੱਲੀ, ਉਹ 10 ਸਾਲ ਚੱਲੀ ਆ। ਸਿੱਖੀ ਨੂੰ ਪਰਨਾਏ ਹੋਏ ਅਤੇ ਸਿੱਖੀ ਸਿਧਾਂਤਾਂ ਦੇ ਉੱਤੇ ਮਰਨ ਮਿਟਣ ਵਾਲੇ ਖਾਲਸੇ ਨੇ ਉਹ ਜਿਹੜੀ ਜੰਗ ਵਾ ਉਹ 1984 ਤੋਂ ਲੈ ਕੇ 1994 ਤੱਕ ਲੜੀ ਆ, ਅਤੇ ਹਿੱਕ ਦੇ ਜ਼ੋਰ ਦੇ ਨਾਲ ਲੜੀ ਆ ਅਤੇ 18ਵੀਂ ਸਦੀ ਦੇ ਉਸ ਇਤਿਹਾਸ ਨੂੰ ਜਿਹੜਾ ਵਾ ਉਹ ਉਜਾਗਰ ਕੀਤਾ, ਕਿਉਂਕਿ 1984 ਦੇ ਸਮੇਂ ਪੰਜਾਬ ਦਾ ਇੱਕ ਇਹੋ ਜਿਹਾ ਖਿੱਤਾ ਜਾਂ ਇੱਕ ਇਹੋ ਜਿਹਾ ਇਲਾਕਾ ਸੀਗਾ ਜੋ ਪੁਰਾਤਨ ਸਮੇਂ ਦੇ ਮੁਤਾਬਕ ਨਹੀਂ ਸੀ, ਅਤੇ ਇਹ ਜਿਹੜੀ 10 ਸਾਲ ਦੀ ਲੜਾਈ ਆ ਜਿਹੜੀ ਸਿੱਖਾਂ ਨੇ ਹੁਣ ਅਜੋਕੇ ਸਮੇਂ ਦੇ ਵਿੱਚ ਲੜੀ ਆ ਇਹਦੇ ਵਿੱਚ ਵੇਖਣ ਵਾਲੀਆਂ ਚੀਜ਼ਾਂ ਇਹ ਆ ਵੀ ਨਾ ਤਾਂ ਸਿੱਖਾਂ ਕੋਈ ਪਹਾੜੀ ਏਰੀਆ ਸੀ, ਨਾ ਸਿੱਖਾਂ ਕੋਲ ਜੰਗਲ ਸੀ, ਅਤੇ ਨਾ ਸਿੱਖਾਂ ਦੇ ਕੋਲ ਕਿਸੇ ਵਿਦੇਸ਼ੀ ਤਾਕਤ ਦੀ ਸਪੋਰਟ ਸੀਗੀ। ਪਰ ਸਾਰੀਆਂ ਦੁਨੀਆਂ ਦੀਆਂ ਹਥਿਆਰਬੰਦ ਲੜਾਈਆਂ ਦੇ ਉੱਤੇ ਜੇ ਘੋਖ ਕੀਤੀ ਜਾਵੇ ਤਾਂ ਇੱਦਾਂ ਦੀ 10 ਸਾਲ ਲੜੀ ਲੜਾਈ ਤੁਹਾਨੂੰ ਦੁਨੀਆਂ ਦੇ ਵਿੱਚ ਕਿਤੇ ਨਹੀਂ ਮਿਲੂਗੀ। ਇਹਨਾਂ ਸਾਰੇ ਸੋਰਸਿਸ ਤੋਂ ਬਗੈਰ ਦੁਨੀਆਂ ਦੀ ਜਿਹੜੀ 6ਵੇਂ 7ਵੇਂ ਨੰਬਰ ਦੀ ਫੌਜੀ ਤਾਕਤ ਦੀਆਂ ਕੋਠੜੀਆਂ ਲਵਾਉਣੀਆਂ ਇਹ ਅਜੋਕੇ ਸਮੇਂ ਦੇ ਵਿੱਚ ਦੁਨੀਆਂ ਦੇ ਇਤਿਹਾਸ 'ਚੋਂ ਕਿਤੇ ਨਹੀਂ ਮਿਲਣਾ। ਹੁਣ ਗੱਲ 1994 ਤੋਂ ਬਾਅਦ ਦੀ ਆਉਂਦੀ ਆ ਜਿਸ ਸਮੇਂ ਇਹ ਹਥਿਆਰਬੰਦ ਜਿਹੜੀ ਲੜਾਈ ਸੀਗੀ ਉਹ ਜਿਹੜੇ ਜ਼ੁਲਮ ਦੇ ਦੌਰ ਦੇ ਵਿੱਚੋਂ 10 ਸਾਲ ਨਿਕਲਦੀ ਹੋਈ ਮੱਧਮ ਪੈਂਦੀ ਆ, ਤਾਂ ਉਸ ਸਮੇਂ ਜਿਹੜੀ 1994 ਤੋਂ ਬਾਅਦ 1995 ਦੇ ਵਿੱਚ ਸਿੱਖ ਲੀਡਰਸ਼ਿਪ ਸਾਡੇ ਸਾਹਮਣੇ ਆਉਂਦੀ ਆ, ਕਿਉਂਕਿ ਅੱਜ ਫਿਰ ਗੱਲ ਉੱਥੇ ਜਾਂਦੀ ਆ। ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਸਾਲ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਐਨਵਰਸਰੀ ਆਉਂਦੀ ਆ ਤਾਂ ਇੱਕ ਜਾਂ ਦੋ ਉਸ ਸਮੇਂ ਦੇ ਫੈਡਰੇਸ਼ਨ ਆਗੂਆਂ ਦੇ ਬਾਰੇ ਬਹੁਤ ਚਰਚਾ ਕੀਤੀ ਜਾਂਦੀ ਆ, ਉਹਨਾਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਵਾ, ਵਿਰਸਾ ਸਿੰਘ ਬਿਲਟੋਏ ਵਰਗਿਆਂ ਦੀਆਂ ਜਾਂ ਐਰ ਕੇ ਹਰਿਮੰਦਰ ਸਿੰਘ ਗਿੱਲ ਦੀ ਵੀ ਲੱਗੀ ਆ ਵੀ ਇਹ ਹੱਥ ਖੜ੍ਹੇ ਕਰਕੇ ਅਤੇ ਉੱਥੋਂ ਬਾਹਰ ਆਏ। ਪਰ ਜਦੋਂ ਅਸੀਂ ਸਮੁੱਚੀ ਭੁੱਖ ਮਾਰ ਗਏ ਤਾਂ ਸਮੁੱਚੀ ਜਿਹੜੀ ਫੈਡਰੇਸ਼ਨ ਦੀ ਲੀਡਰਸ਼ਿਪ ਅੱਜ ਜਿਉਂਦੀ ਜਾਗਦੀ ਆ ਉਹ
ਸਾਰੇ ਜਿਹੜੇ ਆ ਉਹ ਹੱਥ ਖੜੇ ਕਰਕੇ ਹੀ ਉੱਥੋਂ ਆਏ ਆ। ਹਾਂ ਕੁਝ ਦੀਆਂ ਫੋਟੋਆਂ ਸਾਹਮਣੇ ਆ ਗਈਆਂ ਤੇ ਕੁਝ ਦੀਆਂ ਨਹੀਂ ਆਈਆਂ। ਜੇ ਉਹ ਨਹੀਂ ਵੀ ਆਏ ਤਾਂ 1994-95 ਤੋਂ ਬਾਅਦ ਉਹਨਾਂ ਦਾ ਇਹ ਫਰਜ਼ ਬਣਦਾ ਸੀਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਚਲਾਈ ਉਹ ਲਹਿਰ, ਕਿਉਂਕਿ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੇ ਖਾਸ ਕਰਕੇ ਖਾਲਿਸਤਾਨ ਦੇ ਨਾਂ 'ਤੇ ਆਪਣੀਆਂ ਕੁਰਸੀਆਂ ਸਥਾਪਿਤ ਕਰਕੇ ਬੈਠੇ ਆ, ਉਹਨਾਂ ਦੇ ਕੋਲ ਇੱਕ ਵੱਡੇ ਪੱਧਰ ਦੀ ਗੱਲ ਵਾ ਭਾਈ। ਸੰਤ ਕਹਿ ਗਏ ਸੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਊਗਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊ। ਸੰਤਾਂ ਦੇ ਉਹਨਾਂ ਦੇ ਬਚਨਾਂ ਨੂੰ, ਪੰਥ ਨੂੰ, ਗੁਰੂ ਗ੍ਰੰਥ ਨੂੰ ਪਰਨਾਏ ਹੋਏ ਉਸ ਖਾਲਸੇ ਨੇ ਮੰਨਦਿਆਂ ਤਾਂ 10 ਸਾਲ ਜਿਹੜੀ ਆ ਹਥਿਆਰਬੰਦ ਲੜਾਈ ਲੜੀ, ਪਰ ਜਦੋਂ ਇਸ ਵਰਗ ਨੂੰ ਉਸ ਲੜਾਈ ਦਾ ਕਮਾਂਡ ਸਾਂਭਣ ਦਾ ਮੌਕਾ ਮਿਲਿਆ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਅਸੀਂ ਪੁਰਾਤਨ ਤੌਰ 'ਤੇ ਵੇਖੀਏ ਤਾਂ ਇਹ ਦੌਰ ਚੱਲਦੇ ਰਹੇ ਆ, ਸਮੇਂ ਮੁਤਾਬਕ ਜਿਹੜਾ ਵਾ ਉਹ ਹਥਿਆਰ ਚੁੱਕਿਆ ਜਾਂਦਾ ਰਿਹਾ ਵਾ, ਸਮੇਂ ਮੁਤਾਬਕ ਜਿਹੜੀ ਆ ਉਹ ਸ਼ਾਂਤਮਈ ਲੜਾਈ ਜਿਹੜੀ ਆ ਜਾਂ ਸਿੱਖ ਕੌਮ ਨੂੰ ਲਾਮਬੰਦ ਕੀਤਾ ਜਾਂਦਾ ਰਿਹਾ। ਸੋ 1994 ਤੋਂ ਬਾਅਦ 1995 ਦੀ ਜਿਹੜੀ ਲੀਡਰਸ਼ਿਪ ਨੇ ਇਹ ਕੰਮ ਕਰਨਾ ਸੀਗਾ, ਪਰ ਉਹ ਲੀਡਰਸ਼ਿਪ ਸਿੱਖ ਕੌਮ ਨੂੰ ਅਤੇ ਸੰਤ ਜਰਨੈਲ ਸਿੰਘ ਦੀ ਉਸ ਸਮੁੱਚੀ ਸੋਚ ਨੂੰ ਜਿਹੜੀ ਆ ਉਹ ਬਦਾਵਾ ਦੇ ਕੇ ਅਤੇ ਜਿਨ੍ਹਾਂ ਨੂੰ ਉਹ ਕਹਿੰਦੇ ਰਹਿ ਕੇ ਹਰਿਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਉਣ ਵਾਲੀਆਂ ਇਹ ਧਿਰਾਂ ਨੇ, ਉਹਨਾਂ ਦੀ ਝੋਲੀ ਦੇ ਵਿੱਚ ਜਦੋਂ ਜਾ ਕੇ ਬੈਠੀਆਂ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਆਪਣੇ ਆਪ ਦਾ ਜਿਹੜੇ ਆ ਉਹ ਹੱਥ ਖੜੇ ਉਦੋਂ ਹੀ ਕਰ ਦਿੱਤੇ। ਹੁਣ 1994 ਦੀ ਲੀਡਰਸ਼ਿਪ ਜਿਹੜੀ ਆ, ਜੇ ਤਾਂ ਉਹ ਵਾਕਿਆ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਅਪਣਾਈ ਹੁੰਦੀ ਜਾਂ ਸੰਤਾਂ ਨੇ ਚਲਾਏ ਉਸ ਮਿਸ਼ਨ ਦੇ ਉੱਤੇ ਉਹਦੇ ਨਾਲ ਸਹਿਰਦ ਹੁੰਦੀ ਤਾਂ ਉਸ ਸਮੇਂ ਜਿਹੜੀ ਸ਼ਾਂਤਮਈ ਲਹਿਰ ਦੀ ਅਗਵਾਈ ਕਰਦਿਆਂ ਅੱਜ ਜਿਹੜੀਆਂ ਬੁਰਾਈਆਂ ਦੇ ਵਿੱਚ ਅਸੀਂ ਫਸੇ ਪਏ ਹਾਂ 36 ਸਾਲ ਬਾਅਦ, ਉਹਨਾਂ ਦੇ ਵਿੱਚੋਂ ਸਿੱਖ ਕੌਮ ਨੂੰ ਕੱਢਣ ਦਾ ਯਤਨ ਕਰਦੀ। ਕਿਉਂਕਿ ਸ਼ਾਂਤਮਈ ਸਿਸਟਮ ਦਾ ਇਹ ਕੰਮ ਹੁੰਦਾ ਵਾ ਵੀ ਪਿਛਲਾ ਜਿਹੜਾ ਜੋ ਹੋਇਆ ਵਾ ਉਹਨਾਂ ਬਾਰੇ ਦੱਸ ਕੇ ਉਹਨਾਂ 'ਤੇ ਚੱਲਦਿਆਂ ਹੋਇਆਂ ਜਿਹੜੇ ਸਿਸਟਮ ਦੇ ਵਿਰੁੱਧ ਅਸੀਂ ਲੜਾਈ ਲੜ ਰਹੇ ਹਾਂ ਉਸ ਸਿਸਟਮ ਦੇ ਬਣੇ ਜਿਹੜਾ ਢਾਂਚਾ ਵਾ ਉਹਦੇ ਵਿੱਚੋਂ ਕੌਮਾਂ ਨੂੰ ਕਿੱਦਾਂ ਕੱਢਣਾ। ਅੱਜ ਖਾਲਿਸਤਾਨ ਦੀ ਗੱਲ ਵੀ ਅਸੀਂ ਕਰਦੇ ਹਾਂ ਤਾਂ ਉੱਥੋਂ ਦੇ ਬਣੇ ਢਾਂਚੇ ਦੇ ਮੁਤਾਬਕ ਚੱਲਣ ਦੀ, ਉੱਥੋਂ ਦੇ ਬਣੇ ਢਾਂਚੇ ਦੇ ਵਿੱਚ ਇਲੈਕਸ਼ਨਾਂ ਲੜਨ ਦੀ ਗੱਲ ਵੀ ਕਰਦੇ ਹਾਂ, ਦੋ ਚੀਜ਼ਾਂ ਜਿਹੜੀਆਂ ਵਾ ਉਹ ਕਦੀ ਇਕੱਠੀਆਂ ਨਹੀਂ ਚੱਲ ਸਕਦੀ। ਪਿੱਛੇ ਜੇ ਇੱਕ ਅੰਮ੍ਰਿਤਸਰ ਦੇ ਵਿੱਚ ਸਿੱਖ ਅਸੈਂਬਲੀ ਨਾਂ ਦਾ ਇੱਕ ਸੈਮੀਨਾਰ ਜਾਂ ਇੱਕ ਕਾਨਫਰੰਸ ਹੋਈ ਸੀ, ਉਹਦੇ ਵਿੱਚ ਅਜੋਕੇ ਵਿਦਵਾਨ ਸਰਦਾਰ ਅਜਮੇਰ ਸਿੰਘ ਨੇ ਆਪਣੇ ਵਿਚਾਰ ਦਿੱਤੇ ਸੀ ਵੀ ਜੇ ਅਸੀਂ ਸਿੱਖ ਕੌਮ ਨੂੰ ਆਜ਼ਾਦੀ ਦੇ ਰਸਤੇ ਵੱਲੇ ਲਿਜਾਣਾ ਵਾ ਅਤੇ ਜਿਹੜੇ ਮੌਜੂਦਾ ਜਿੰਨੇ ਵੀ ਸਿਸਟਮ ਭਾਵੇਂ ਉਹ ਸਿੱਖਾਂ ਦੇ ਸਿਸਟਮ ਆ ਉਹ ਭਾਰਤੀ ਹਕੂਮਤ ਦੇ ਢਾਂਚੇ ਦੇ ਮੁਤਾਬਕ ਸਿਰਜੇ ਗਏ ਆ, ਉਹਨਾਂ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਵਾ ਅਸੀਂ ਆਪਣਾ ਸਿਸਟਮ ਇੱਕ ਕੋਈ ਅਸਾਰ ਨਾ ਹੋਊਗਾ। ਤਾਂ ਉਸ ਸਮੇਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਧਿਰਾਂ ਵਾ ਉਹਨਾਂ ਨੂੰ ਬਹੁਤ ਦੁੱਖ ਹੋਇਆ ਸੀ ਵੀ ਇਹ ਸਾਨੂੰ ਕਿਸ ਪਾਸੇ ਲਿਜਾ ਰਿਹਾ। ਪਰ ਭਰਾਓ ਕਦੀ ਵੀ ਸਿੱਖ ਇਤਿਹਾਸ ਦੇ ਵਿੱਚ ਭਾਵੇਂ ਸਿੱਖ ਸ਼ਾਂਤਮਈ ਰਹੇ ਆ ਪੁਰਾਤਨ ਸਮਿਆਂ ਦੇ ਵਿੱਚ, ਭਾਵੇਂ ਹਥਿਆਰਬੰਦ ਲੜਾਈ ਲੜੀ ਆ, ਸਿੱਖਾਂ ਨੇ ਹਕੂਮਤ ਦੇ ਸਿਸਟਮ ਨੂੰ ਕਦੀ ਅਪਣਾਇਆ ਨਹੀਂ, ਖਾਲਸੇ ਨੇ ਗੁਰੂਆਂ ਦੇ ਦਿੱਤੇ ਸਿਸਟਮ ਨੂੰ ਅਪਣਾਇਆ। ਪਰ ਅੱਜ ਜਿਹੜੀ ਸਾਡੀ ਅਜੋਕੀ ਦਿਸ਼ਾ ਵਾ ਉਹ ਇੱਥੇ ਆਈ ਪਈ ਆ ਵੀ ਅਸੀਂ ਇੱਕ ਪਾਸੇ ਗੁਲਾਮੀ ਵਾਲੇ ਸਿਸਟਮ ਨੂੰ ਅਪਣਾਉਂਦੇ ਹਾਂ
ਦੂਜੇ ਪਾਸੇ ਆਜ਼ਾਦੀ ਦੀ ਗੱਲ ਕਰਦੇ ਹਾਂ ਅਤੇ ਜਿਹਦੇ ਕਾਰਨ ਅੱਜ 36 ਸਾਲਾਂ ਬਾਅਦ ਅਸੀਂ ਕੋਈ ਵੀ ਐਸਾ ਜਥੇਬੰਦਕ ਪ੍ਰਬੰਧ ਨਹੀਂ ਅਸਾਰ ਸਕੇ ਜਿਹਨੂੰ ਅਸੀਂ ਸਿੱਖਾਂ ਦਾ ਪ੍ਰਬੰਧ ਕਹੀਏ। ਹਰ ਇੱਕ ਗੱਲ ਸਾਨੂੰ ਦਿੱਲੀ ਦੇ ਵੱਲੇ ਦੇਖਣੀ ਪੈਂਦੀ ਆ ਵੀ ਉੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵਾ ਉਹ ਇਲੈਕਸ਼ਨਾਂ ਕਦੋਂ ਅਨਾਊਂਸ ਹੁੰਦੀਆਂ ਵਾ, ਉੱਥੋਂ ਪੰਜਾਬ ਦੀਆਂ ਇਲੈਕਸ਼ਨਾਂ ਕਦੋਂ ਅਨਾਊਂਸ ਹੁੰਦੀਆਂ ਵਾ, ਜਾਂ ਉੱਥੋਂ ਸੈਂਟਰ ਦੀਆਂ ਇਲੈਕਸ਼ਨਾਂ ਕਦੋਂ ਅਨਾਊਂਸ ਹੁੰਦੀਆਂ। ਸੋ ਚਾਹੀਦਾ ਤਾਂ ਸਾਨੂੰ ਇਹ ਸੀ ਵੀ ਜਿਹੜੀ ਧਿਰ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨੂੰ ਜਾਂ ਉਹਦੀ ਵਾਰਸ ਕਹਾਉਂਦੀ ਆ, ਉਸ ਧਿਰ ਨੂੰ ਕਮ ਸੇ ਕਮ ਜਿਹੜਾ ਆਪਣਾ ਭਾਰਤੀ ਸਿਸਟਮ ਦੇ ਵਿੱਚੋਂ ਨਿਕਲ ਕੇ ਇੱਕ ਸਿੱਖਾਂ ਦਾ ਐਸਾ ਵੱਖਰਾ ਸਿਸਟਮ ਅਸਾਰਨਾ ਚਾਹੀਦਾ ਸੀਗਾ ਕਿ ਜਿਹੜਾ ਸਾਰਾ ਲਾਲਚ ਜਾਂ ਕੁਰਸੀ ਦੀ ਭੁੱਖ ਨੂੰ ਤਿਆਗ ਕੇ ਸਿੱਖ ਮਨਾਂ ਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਅਤੇ ਸਿੱਖ ਆਜ਼ਾਦੀ ਨੂੰ ਜਿਹੜਾ ਵਾ ਉਹ ਸਥਾਪਿਤ ਕੀਤਾ ਜਾਂਦਾ। ਪਰ ਅਸੀਂ ਦੋ ਕਿਸ਼ਤੀਆਂ ਦੇ ਵਿੱਚ 1995 ਤੋਂ ਬਾਅਦ ਅੱਜ ਤੱਕ ਸਿੱਧਾ ਪੈਰ ਰੱਖਦੇ ਹਾਂ। ਮਾਨਸਿਕ ਤੌਰ ਦੇ ਉੱਤੇ ਅਸੀਂ ਭਾਰਤੀ ਢਾਂਚੇ ਦੇ ਵਿੱਚੋਂ ਨਿਕਲ ਨਹੀਂ ਸਕੇ ਅਤੇ ਗੱਲ ਅਸੀਂ ਆਜ਼ਾਦੀ ਦੀ ਕਰਦੇ ਹਾਂ। ਇਹੀ ਪ੍ਰੋਬਲਮ ਜਿਹੜੀ ਆ ਸਾਡੇ ਬੁੱਧੀਜੀਵੀਆਂ ਦੀ ਆਈ, ਕਿਉਂਕਿ ਜਦੋਂ ਪਿੱਛੇ ਅਸੀਂ ਝਾਤ ਮਾਰ ਗਏ ਅਤੇ 1984 ਤੋਂ ਪਹਿਲੋਂ ਜਾਂ 1982 ਤੋਂ ਲੈ ਕੇ 1984 ਤੱਕ ਜਿਹੜੇ ਸਾਡੇ ਸਿੱਖ ਵਿਦਵਾਨ ਜਾਂ ਸਿੱਖ ਬੁੱਧੀਜੀਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਆਪਣੇ ਆਪ ਨੂੰ ਬਹੁਤ ਨਜ਼ਦੀਕ ਦੱਸਦੇ ਆ ਅਤੇ ਇਹ ਦੱਸਦੇ ਆ ਕਿ ਉਹ ਹਮੇਸ਼ਾ ਹਰ ਮਸਲੇ ਦੇ ਉੱਤੇ ਸਾਡੀ ਸਲਾਹ ਲੈਂਦੇ ਸੀ। ਤਾਂ ਜਿਸ ਵੇਲੇ 1984 ਦਾ ਹਮਲਾ ਹੁੰਦਾ ਤੇ ਸੰਤ ਜਰਨੈਲ ਸਿੰਘ ਦੇ ਕਹੇ ਉਹ ਲਫ਼ਜ਼ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਉਸ ਦਿਨ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ, ਕਿਉਂਕਿ ਸੰਤਾਂ ਨੇ ਆਪਣੇ ਜਿਉਂਦੇ ਜੀ ਖਾਲਿਸਤਾਨ ਦੀ ਜਿਹੜੀ ਆ ਮੰਗ ਉਹ ਨਹੀਂ ਸੀ ਉਠਾਈ। ਸ਼ਾਇਦ ਉਹਦੇ ਕਾਰਨ ਵੀ ਇਹ ਸੀ ਕਿ ਉਹਨਾਂ ਨੂੰ ਪਤਾ ਸੀਗਾ ਵੀ ਖਾਸ ਕਰਕੇ ਜਿਹੜਾ ਦੁਨਿਆਵੀ ਵਿੱਦਿਆ ਦੇ ਢਾਂਚੇ ਦੇ ਵਿੱਚ ਢਲ ਚੁੱਕਾ ਸਿੱਖ ਵਾ ਉਹ ਹਾਲੇ ਇਸ ਦੇ ਲਈ ਤਿਆਰ ਨਹੀਂ। ਪਰ ਉਹਨਾਂ ਨੂੰ ਇਹ ਆਸ ਸੀਗੀ ਕਿ ਜਿਹੜਾ ਸਿੱਖ ਦਾ ਰਿਸ਼ਤਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਨਾਲ, ਜੇ ਇੱਥੋਂ ਦੀ ਹਕੂਮਤ ਨੇ ਇੱਥੇ ਹਮਲਾ ਕਰ ਦਿੱਤਾ ਤਾਂ ਉਹ ਦਿੱਲੀ ਦੀ ਹਕੂਮਤ ਨਾਲੋਂ ਸਿੱਖ ਦਾ ਜਿਹੜਾ ਉਹ ਰਿਸ਼ਤਾ ਵਾ ਉਹ ਟੁੱਟ ਜਾਊਗਾ ਅਤੇ ਉਹ ਗੁਰੂ ਸਿਧਾਂਤ ਦੇ ਨਾਲ ਜੁੜ ਜਾਊਗਾ ਅਤੇ ਉਸ ਦਿਨ ਸਿੱਖਾਂ ਦਾ ਆਜ਼ਾਦ ਮੁਲਕ ਬਣਨੋਂ ਉਹ ਰੋਕ ਨਹੀਂ ਸਕਣਗੇ। ਪਰ ਹੈਰਾਨੀ ਦੀ ਗੱਲ ਹੋਈ ਵੀ ਉਹ ਦੁਨਿਆਵੀ ਵਿੱਦਿਆ ਦੇ ਮਾਹਰ ਉਹ ਜਿਹੜੇ ਵਿਦਵਾਨ ਵਾ ਉਹ ਸੰਤ ਜਰਨੈਲ ਸਿੰਘ ਦੇ ਨਾਲ ਦਿਨ ਰਾਤ ਬਿਤਾਉਣ ਵਾਲੇ 1984 ਤੋਂ ਬਾਅਦ ਉਹ ਸੰਤਾਂ ਦੇ ਦਿੱਤੇ ਸਨੇਹ ਤੋਂ ਬਿਲਕੁਲ ਕਿਨਾਰਾ ਵੱਟ ਲੈਂਦੇ ਅਤੇ ਜਿਨ੍ਹਾਂ ਲੋਕਾਂ ਨੇ ਉਸ ਰਸਤੇ ਨੂੰ ਅਪਣਾਇਆ ਆਨੇ ਬਹਾਨੇ ਉਹਨਾਂ ਦੇ ਵਿੱਚ ਅੱਜ ਤੱਕ ਗਲਤੀਆਂ ਕੱਢਦੇ ਆ ਰਹੇ। ਕੁਝ ਵਿਦਵਾਨ ਜਿਹੜੇ ਆ ਉਹ ਕੌਮ ਨੂੰ ਅਗਵਾਈ ਦੇਣ ਦੀ ਬਜਾਏ ਭੀੜਾਂ ਤੋਂ ਅਗਵਾਈ ਲੈਂਦੇ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਵੇਖੇ ਗਏ ਆ। ਕੁਝ ਵਿਦਵਾਨ ਐਸੇ ਆ ਜਿਹੜੇ ਆਪ ਕਹਿੰਦੇ ਆ ਵੀ 1987 ਦੇ ਵਿੱਚ ਜਿਹੜਾ ਵਾ ਉਹ ਖਾਲਿਸਤਾਨ ਦਾ ਐਲਾਨਨਾਮਾ ਵੀ ਅਸੀਂ ਲਿਖਿਆ ਸੀਗਾ ਪਰ ਸਮਾਂ ਬਦਲ ਦੇ ਉੱਤੇ ਅੰਮ੍ਰਿਤਸਰ ਦਾ ਐਲਾਨਨਾਮਾ ਵੀ ਉਹੀ ਲਿਖਦੇ ਆ ਅਤੇ ਮੁੜ ਕੇ ਵੱਡੇ ਇਕੱਠ ਨੂੰ ਦੇਖ ਕੇ 2015 ਦੇ ਸਰਬੱਤ ਖਾਲਸੇ ਦੇ ਮਤੇ ਵੀ ਉਹੀ ਲਿਖਦੇ ਆ ਅਤੇ ਉਸ ਤੋਂ ਬਾਅਦ ਫਿਰ ਵੱਡੇ ਇਕੱਠ ਤੋਂ ਪ੍ਰਭਾਵਿਤ ਹੁੰਦੇ ਹੋਏ ਬਰਗਾੜੀ ਜਾ ਕੇ ਵੀ ਉਹੀ ਦੇਖਦੇ। ਸੋ ਇਹ ਦਿਸ਼ਾ ਜਿਹੜੀ ਆ ਉਹ ਸਾਡੇ ਪੜ੍ਹੇ ਲਿਖੇ ਵਰਗ ਦੀ ਪਿਛਲੇ 36 ਸਾਲਾਂ ਦੇ ਵਿੱਚ ਜਿਹੜੀ ਆ ਉਹ ਸਾਨੂੰ ਜ਼ਰੂਰ ਪਛਾਣਨੀ ਚਾਹੀਦੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਰਨਾਂ ਨੂੰ ਅਸੀਂ ਸਮਝਦੇ ਹੋਏ
ਜੇ ਵਾਕਿਆ ਹੀ ਉਹਨਾਂ ਸ਼ਹੀਦਾਂ ਦੀਆਂ ਰੀਝਾਂ ਨੂੰ ਪੂਰਿਆ ਕਰਨਾ ਜਾਂ ਸਿੱਖੀ ਦੇ ਸਿਧਾਂਤ ਦੇ ਗੁਰੂਆਂ ਦੇ ਫਲਸਫੇ ਨੂੰ ਦੁਨੀਆਂ ਦੇ ਵਿੱਚ ਉਜਾਗਰ ਕਰਨਾ, ਤਾਂ ਅਸੀਂ ਜੇ ਉਹ ਲੜਾਈ ਨਹੀਂ ਲੜ ਸਕਦੇ ਤਾਂ ਸਾਨੂੰ ਸਮੇਂ ਸਮੇਂ ਮੁਤਾਬਕ ਗੁਰੂਆਂ ਨੇ ਹਰ ਹੀਲਾ ਤਰੀਕਾ ਵਰਤਣਾ ਸਿਖਾਇਆ ਵਾ। ਅੱਜ ਭਰਾਓ ਸਾਨੂੰ ਕੋਈ ਜ਼ਰੂਰ ਇਹੋ ਜਿਹਾ ਜਥੇਬੰਦਕ ਸਿਸਟਮ ਬਣਾਉਣਾ ਪਊਗਾ ਜਿਹੜਾ ਉੱਥੋਂ ਦੇ ਢਾਂਚੇ ਤੋਂ ਬਾਹਰ ਨਰੋਲ ਸਿੱਖਾਂ ਦਾ ਸਿਸਟਮ ਹੋਵੇ ਅਤੇ ਜਿਹੜਾ ਸਿੱਖਾਂ ਨੂੰ ਅਤੇ ਉੱਥੋਂ ਦੀਆਂ ਘੱਟ ਗਿਣਤੀਆਂ ਨੂੰ ਇਹ ਯਕੀਨ ਦਿਵਾ ਸਕੇ ਵੀ ਇਸ ਸਿਸਟਮ ਦੇ ਰਾਹੀਂ ਜਿਹੜਾ ਵਾ ਇੱਥੇ ਖਾਲਸਾ, ਜਿੱਦਾਂ ਪੁਰਾਤਨ ਸਮਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਵੀ ਕੋਈ 70-75% ਪਾਪੂਲੇਸ਼ਨ ਪੰਜਾਬ ਦੀ ਜਿਹੜੀ ਸੀਗੀ ਉਹ ਮੁਸਲਮਾਨਾਂ ਦੀ ਸੀਗੀ, 17% ਜਿਹੜੀ ਸੀਗੀ ਉਹ ਹਿੰਦੂਆਂ ਦੀ ਸੀਗੀ, ਬਾਕੀ 10-12% ਸਿੱਖਾਂ ਦੀ ਸੀਗੀ। ਪਰ ਸਿੱਖਾਂ ਨੇ ਦੁਨੀਆਂ ਨੂੰ ਵਿਖਾ ਦਿੱਤਾ ਵੀ ਗੁਰੂ ਦੇ ਸਿਧਾਂਤ ਦੇ ਉੱਤੇ ਇੱਕ ਰਾਜ ਦੀ ਜਿਹੜੀ ਸਥਾਪਨਾ ਵਾ ਉਹ ਗਿਣਤੀਆਂ ਮਿਣਤੀਆਂ ਦੇ ਨਾਲ ਨਹੀਂ ਹੁੰਦੀ, ਉਹ ਕਰੈਕਟਰ ਦੇ ਨਾਲ ਹੁੰਦੀ ਆ, ਉਹ ਸਿਧਾਂਤ ਦੇ ਨਾਲ ਹੁੰਦੀ। ਅੱਜ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਿੱਖਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਉਹੋ ਜਿਹੇ ਕਰੈਕਟਰ ਉਸਾਰਨੇ ਪੈਣਗੇ, ਪਰ ਉਹਨਾਂ ਨੂੰ ਦਿੱਲੀ ਦੇ ਵਿੱਚੋਂ, ਦਿੱਲੀ ਦੇ ਵੱਲੋਂ ਡਿੱਗਦੀ ਹਰ ਬੁਰਕੀ ਦੇ ਲਾਲਚ ਤੋਂ ਪਾਸੇ ਕਰਕੇ, ਦਿੱਲੀ 'ਤੇ ਸਿਰਜੇ ਉਸ ਹਰ ਢਾਂਚੇ ਭਾਵੇਂ ਕਿ ਉਹ ਸਿੱਖਾਂ ਦਾ ਹੀ ਆ, ਉਹਨੂੰ ਉਹਦੇ ਵਿੱਚ ਜਿਹੜਾ ਲੜਾਈ ਦਾ ਆਪਣਾ ਦਾਇਰੇ ਦੇ ਵਿੱਚੋਂ ਬਾਹਰ ਕੱਢ ਕੇ ਸਿੱਖੀ ਸਿਧਾਂਤ ਦੇ ਵਿਸ਼ਾਲ ਦਾਇਰੇ ਦੇ ਵਿੱਚ ਜਿੰਨਾ ਚਿਰ ਅਸੀਂ ਨਹੀਂ ਢਾਲਦੇ, ਜਿੰਨਾ ਚਿਰ ਤਿਆਗ ਦੀ ਭਾਵਨਾ ਅਤੇ ਉਹਨਾਂ ਲਾਲਚਾਂ ਦੇ ਚੋਂ ਬਾਹਰ ਨਿਕਲ ਕੇ ਅਸੀਂ ਖੁਦ ਅੱਜ ਖਾਲਿਸਤਾਨ ਜਿਹੜਾ ਕਹਿਣਾ ਵਾ ਉਹ ਉਹਨਾਂ ਦੇ ਲਈ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਗੀ, ਉੱਥੇ ਬਹੁਤ ਚਿਰਾਂ ਦੇ ਬਹੁਤ ਪਈ ਜਾਂਦੇ ਆ। ਪਰ ਅਖੀਰ ਗੱਲ ਇਲੈਕਸ਼ਨਾਂ ਦੇ ਆਣ ਕੇ ਜਿਹੜਾ ਉਹ ਗੁਲਾਮੀ ਵਾਲਾ ਸਿਸਟਮ ਸਾਡੇ ਦੇ ਉੱਤੇ ਲਾਗੂ ਕੀਤਾ ਗਿਆ ਵਾ ਉਹਦੇ ਵਿੱਚ ਹੀ ਇਲੈਕਸ਼ਨਾਂ ਲੜਨੀਆਂ, ਪਿਛਲੇ ਸਮਿਆਂ ਤੋਂ ਵੀ ਚੱਲਦੀਆਂ ਆਈਆਂ। ਕਈ ਤਾਂ ਹੁਣ ਇਹੋ ਜਿਹੇ ਵਿਦਵਾਨ ਵੀ ਆ ਗਏ ਆ ਕੁਝ ਟੀਵੀਆਂ ਵਾਲੇ, ਅੱਜ ਜਿਹੜਾ ਸਾਡਾ ਮੀਡੀਆ ਵਾ ਉਹਨੇ ਵੀ ਇਹੋ ਜਿਹੇ ਹਾਲਾਤ ਬਣਾ ਲਏ ਆ ਵੀ ਵੱਧ ਤੋਂ ਵੱਧ ਜਿਹੜੇ ਆ ਵਿਊ ਕਿੱਦਾਂ ਲਏ ਜਾਣ, ਅਤੇ ਉਹ ਅਜਿਹੀਆਂ ਸ਼ਖਸੀਅਤਾਂ ਨੂੰ ਕੱਢ ਕੇ ਲਿਆਉਂਦੇ ਆ ਵੀ ਜਿਹੜਾ ਨਾ ਇੱਕਦਮ ਆਉਂਦੇ ਆ ਵੀ ਅਸੀਂ ਤੁਹਾਡਾ ਹੱਲ ਕਰ ਦਾਂਗੇ, ਅਤੇ ਉਹ ਕੁਝ ਇਹੋ ਜਿਹੇ ਵਿਦਵਾਨ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਫੇਲ ਹੋ ਚੁੱਕੇ ਆ ਉਹ ਇੱਥੋਂ ਤੱਕ ਕਹਿੰਦੇ ਆ ਜੀ ਅਸੀਂ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਦਾ ਨਾਂ ਖਾਲਿਸਤਾਨ ਲਿਖਾ ਦਿੰਦੇ ਹਾਂ ਅਤੇ ਆਪੇ ਖਾਲਿਸਤਾਨ ਬਣ ਜਾਂਦਾ। ਵੱਖਰਾ ਮੁਲਕ ਜਿਹੜਾ ਵਾ ਉਹ ਸਿੱਖ ਨੇ ਦੂਸਰੇ ਮੁਲਕਾਂ ਵਰਗਾ ਬਣਾਉਣ ਦੇ ਨਹੀਂ ਲਈ ਨਹੀਂ ਲੈਣਾ। ਸਿੱਖ ਨੂੰ ਜਿਹੜਾ ਵਾ ਜੇ ਉਹ ਵੱਖਰਾ ਮੁਲਕ ਚਾਹੀਦਾ ਵਾ ਤਾਂ ਉਹ ਸਿੱਖੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਦੁਨੀਆਂ ਦੇ ਵਿੱਚ ਉਜਾਗਰ ਕਰਨ ਦੇ ਲਈ, ਦੁਨੀਆਂ ਨੂੰ ਇਹ ਵਿਖਾਉਣ ਦੇ ਲਈ ਵੀ ਸਾਡੇ ਗੁਰੂਆਂ ਨੇ ਸਾਨੂੰ ਇਹ ਫਲਸਫਾ, ਸਾਨੂੰ ਇਹ ਸਿਧਾਂਤ ਦਿੱਤਾ ਵਾ ਜਿਹਦੇ ਨਾਲ ਦੁਨੀਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਸਕਦਾ ਵਾ, ਦੁਨੀਆਂ ਦੀਆਂ ਸਾਰੀਆਂ ਲੜਾਈਆਂ ਦਾ ਹੱਲ ਹੋ ਸਕਦਾ ਵਾ, ਦੁਨੀਆਂ ਦੇ ਵਿੱਚ ਜਿਹੜਾ ਵਿਤਕਰਾ ਸਿਸਟਮ ਵਾ ਉਹ ਖਤਮ ਹੋ ਸਕਦਾ ਵਾ, ਦੁਨੀਆਂ ਦੇ ਵਿੱਚ ਜਿਹੜਾ ਗਰੀਬੀ ਅਮੀਰੀ ਦਾ ਪਾੜਾ ਵਾ ਉਹ ਖਤਮ ਹੋ ਸਕਦਾ। ਇਹ ਗੁਰੂ ਸਿਧਾਂਤ ਨੂੰ ਦੁਨੀਆਂ ਦੇ ਵਿੱਚ ਵਿਖਾਉਣ ਦੇ ਲਈ ਇੱਕ ਸਾਨੂੰ ਐਸਾ ਮਾਡਲ, ਇੱਕ ਐਸਾ ਢਾਂਚਾ, ਇੱਕ ਐਸਾ ਰਾਜ ਬਣਾਉਣ ਦੀ ਲੋੜ ਆ। ਅਤੇ ਜੇ ਅਸੀਂ ਬਾਕੀ ਦੁਨੀਆਂ ਦੇ ਵਰਗਾ ਇਹ ਰਾਜ ਲੈਣਾ ਵਾ ਤਾਂ ਉੱਥੇ ਵੀ ਭਰਾਵੋ ਉਹੀ ਕੁਝ ਹੋਣਾ ਵਾ ਜੋ ਹੋਰਨਾਂ ਰਾਜਾਂ ਦੇ ਵਿੱਚ ਹੋ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵਾਕਿਆ ਹੀ ਉਹਨਾਂ ਸ਼ਹੀਦਾਂ ਨੂੰ ਸੰਨ 1984 ਦੇ ਜਾਂ ਸੰਨ 1984 ਤੋਂ ਲੈ ਕੇ 94 ਤੱਕ ਦੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ, ਤਾਂ ਇਹ ਜਿਹੜੀਆਂ ਚੀਜ਼ਾਂ ਵਾ ਇਹ ਸਾਨੂੰ ਉਸ ਸਿਸਟਮ ਦੇ ਵਿੱਚੋਂ ਬਾਹਰ ਨਿਕਲ ਕੇ ਕਰਨੀਆਂ ਪੈਣਗੀਆਂ। ਅੱਜ ਉਸ ਸਿਸਟਮ ਦੇ ਵਿੱਚ ਸਾਡੇ ਰਾਜਸੀ, ਧਾਰਮਿਕ, ਸਮਾਜਿਕ ਸਾਰੇ ਲੀਡਰ ਇੰਨੇ ਗਰਸੇ ਪਏ ਆ ਕਿ ਅਸੀਂ ਗੁਰੂਆਂ ਘਰਾਂ ਦੀਆਂ ਸਟੇਜਾਂ 'ਤੇ ਜਾਂ ਪੰਥਕ ਸਟੇਜਾਂ ਦੇ ਉੱਤੇ ਵੀ ਜਿਹੜਾ ਵਾ ਉਹ ਆਪਣੇ ਸ਼ਹੀਦਾਂ ਨੂੰ ਵੰਡ ਲਿਆ। ਅੱਜ ਹਰ ਇੱਕ ਪ੍ਰਚਾਰਕ, ਹਰ ਇੱਕ ਰਾਗੀ, ਢਾਡੀ, ਕਮਿਸ਼ਨਰ
1984 ਤੋਂ ਪਹਿਲੇ ਹੋਏ ਸ਼ਹੀਦਾਂ ਦੀ ਗੱਲ ਤਾਂ ਸਟੇਜ ਦੇ ਉੱਤੇ ਖੁੱਲ੍ਹ ਕੇ ਕਰਦਾ, ਪਰ 1984 ਤੋਂ ਬਾਅਦ ਹੋਏ ਸ਼ਹੀਦਾਂ ਦੀ ਗੱਲ ਕਰਨ ਲੱਗਿਆਂ ਆਪਣੀ ਜ਼ਬਾਨ ਨੂੰ ਘੁੱਟ ਲੈਂਦਾ। ਇਹਦਾ ਕਾਰਨ ਇਹ ਆ ਕਿ ਅਸੀਂ ਮਾਨਸਿਕ ਗੁਲਾਮੀ ਦੇ ਵਿੱਚ ਐਸੇ ਗ੍ਰਸੇ ਪਏ ਹਾਂ, ਅਸੀਂ ਪਦਾਰਥਵਾਦ ਦੇ ਨਾਲ ਐਸੇ ਜਕੜੇ ਪਏ ਹਾਂ ਕਿ ਸਾਡੇ ਗੁਰੂ ਸਿਧਾਂਤ ਨਾਲੋਂ ਇਹ ਦੁਨਿਆਵੀ ਚੀਜ਼ਾਂ ਸਾਡੇ 'ਤੇ ਭਾਰੀ ਹੋ ਚੁੱਕੀਆਂ ਵਾ। ਸੋ ਜੇ ਅਸੀਂ ਵਾਕਿਆ ਹੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਵੀ ਜੋ ਮੈਂ ਕਹਿਤਾ ਉਹ ਸੱਚ ਵਾ, ਮੈਂ ਤਾਂ ਆਪਣੇ ਵਿਚਾਰ ਆਪਣੇ ਜਿਹੜੇ ਸਵਾਲ ਵਾ ਮੇਰੇ ਮਨ ਦੇ ਵਿੱਚ ਆਏ ਸੀਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ। ਸਾਡੀ ਕੌਮ ਦੇ ਵਿੱਚ ਹੋਰ ਵੀ ਬਹੁਤ ਬੜੇ ਬੜੇ ਵਿਦਵਾਨ ਬੈਠੇ ਆ, ਪਰ ਉਹਨਾਂ ਦੇ ਨਾਲ ਵਿਚਾਰਾਂ ਕਰਕੇ ਸਾਨੂੰ ਇਹ ਸਿਸਟਮ ਉਸਾਰਨਾ ਪਊਗਾ। ਸਾਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਅਤੇ ਉਸੇ ਸਿਸਟਮ ਨੂੰ ਅਸੀਂ ਚੈਲੇਂਜ ਨਹੀਂ ਕਰ ਸਕਦੇ, ਉਸੇ ਸਿਸਟਮ ਦੇ ਵਿਰੁੱਧ ਅਸੀਂ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਨਹੀਂ ਲੜ ਸਕਦੇ। ਸੋ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਵੀ ਆਏ ਆ ਅਤੇ ਉਹਨਾਂ ਦਾ ਵੀ ਧੰਨਵਾਦ ਹੀ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਵਿਚਾਰ ਵਾ ਇਹ ਅਸੀਂ ਇੱਦਾਂ ਜਾਰੀ ਰੱਖਣੇ ਆ। ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਸਾਨੂੰ ਇਹ ਇਹ ਜਿਹੜੇ ਆ ਆਪੋ ਆਪਣੇ ਵਿਚਾਰ ਦੱਸਦੇ ਰਿਹਾ ਕਰੋ ਅਤੇ ਇਸ ਚੀਜ਼ ਨੂੰ ਹੋਰ ਕਿੱਦਾਂ ਬਹਿਸ ਦਾ ਵਿਸ਼ਾ ਚੰਗੀ ਤਰ੍ਹਾਂ ਬਣਾਇਆ ਜਾਵੇ ਉਹ ਜਿਹੜਾ ਵਾ ਉਹ ਆਪਣੇ ਅਸੀਂ ਇਸ ਚੀਜ਼ ਦੇ ਵਿੱਚ ਹੋਰ ਸੁਧਾਰ ਕਰ ਸਕੀਏ। ਅਤੇ ਸਰਦਾਰ ਜਗਿੰਦਰ ਸਿੰਘ ਬਾਲਣਾ ਨੇ ਕਮੈਂਟ ਕੀਤਾ ਵਾ ਵੀ ਇਸ ਕੰਟਰੀ ਦੇ ਵਿੱਚ ਵੀ ਅਸੀਂ ਜਿਹੜਾ ਵਾ ਉਹ ਸਿੱਖਾਂ ਨੂੰ ਔਰਗੇਨਾਈਜ਼ ਕਰਨਾ ਜਾਂ ਕੋਈ ਪੋਲੀਟੀਕਲ ਸਿਸਟਮ ਜਿਹੜਾ ਵਾ ਉਹਦੇ ਬਣਾਉਣ ਬਾਰੇ ਤੁਹਾਡੇ ਕੀ ਖਿਆਲ ਵਾ? ਵੇਖੋ ਅੱਜ ਜੋ ਹਾਲਾਤ, ਮੈਂ ਪਿਛਲੇ ਹਫ਼ਤੇ ਵੀ ਇਹ ਗੱਲ ਕੀਤੀ ਸੀ ਵੀ ਇੰਗਲੈਂਡ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਸੇਮ ਹੀ ਆ, ਉੱਥੇ ਭਾਰਤ ਦੇ ਵਿੱਚ ਵੀ ਅੱਜ ਇਹੀ ਜਿਹੇ ਹਾਲਾਤ ਆ ਚੁੱਕੇ ਆ ਵੀ 1995 ਤੋਂ ਜਿਹੜੀ ਸਥਾਪਿਤ ਲੀਡਰਸ਼ਿਪ ਸੀਗੀ ਉਹਨੇ ਸਾਨੂੰ ਇਸ ਮੋੜ 'ਤੇ ਲਿਆ ਕੇ ਖਿਲਾਰਤਾ, ਭਾਵੇਂ ਉਹ ਖਾਲਿਸਤਾਨੀਆਂ ਦੀ ਹੋਵੇ, ਭਾਵੇਂ ਅਕਾਲੀਆਂ ਦੀ ਹੋਵੇ, ਭਾਵੇਂ ਕਿਸੇ ਵੀ ਧਿਰ ਦੀ ਹੋਵੇ, ਕਿ ਇੱਕ ਤਾਂ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਸੀਗੀ ਉਹਨੂੰ ਧਾਰਮਿਕ ਅਤੇ ਪੋਲੀਟੀਕਲ ਸਟਰਕਚਰ ਦੇ ਵਿੱਚੋਂ ਬਿਲਕੁਲ ਦੂਰ ਕਰਤਾ ਵੀ ਉਸ ਲੀਡਰਸ਼ਿਪ ਨੂੰ ਕੋਈ ਚੈਲੇਂਜ ਨਾ ਕਰ ਸਕੇ। ਹਰ 10 ਸਾਲੀ ਜਿਹੜੀ ਆ ਜਨਰੇਸ਼ਨ ਬਦਲਦੀ ਆ, ਅੱਜ ਜੇ ਅਸੀਂ ਸਮੁੱਚੀ ਲੀਡਰਸ਼ਿਪ ਨੂੰ ਵੇਖੀਏ ਤਾਂ ਉਹ ਮੇਰੇ ਖਿਆਲ ਵਿੱਚ 30-35 ਸਾਲ ਦਾ ਗੈਪ ਪੈ ਚੁੱਕਾ ਕਿ ਨਾ ਤਾਂ ਉਹਨਾਂ ਨੇ ਨਵੀਂ ਲੀਡਰਸ਼ਿਪ ਉਸਾਰਨ ਦੀ ਕੋਸ਼ਿਸ਼ ਕੀਤੀ ਆ, ਨਾ ਉਹ ਕਰਨਾ ਚਾਹੁੰਦੇ ਆ। ਅੱਜ ਉਹਨਾਂ ਦੀ ਜਿਹੜੀ ਲੜਾਈ ਆ ਉਹ ਇਸ ਸੰਘਰਸ਼ ਤੋਂ ਟੋਟਲੀ ਬਦਲ ਕੇ ਜਿਹੜੀ ਆ ਉਹ ਹਾਕਮ ਸਰਕਾਰਾਂ ਦੇ ਵੱਲ ਨੂੰ ਉਹਨਾਂ ਨੇ ਮੂੰਹ ਮੋੜ ਲਿਆ ਵੀ ਸਾਨੂੰ ਉੱਥੋਂ ਕੀ ਮਿਲਦਾ, ਅਤੇ ਉੱਥੇ ਛੇਤੀ ਪਹੁੰਚਣ ਦੇ ਲਈ ਜਿਹੜਾ ਆ ਆਪਸੀ ਲੜਾਈ ਦਾ ਯੁੱਧ ਚੱਲਣ ਡਿਆ ਵਾ। ਇਹ ਪਿਛਲੇ 2-3 ਹਫ਼ਤਿਆਂ ਤੋਂ ਤੁਸੀਂ ਵੇਖਿਆ ਇਹੋ ਹਾਲਾਤ ਉੱਥੇ ਹੁੰਦੇ ਆ ਪੰਜਾਬ ਦੇ ਵਿੱਚ। ਸੋ ਇਹ ਜ਼ਰੂਰੀ ਆ ਵੀ ਇੱਥੇ ਵੀ ਜਿਹੜੇ ਆ ਜਿੰਨੇ ਚੰਗੀ ਸੋਚ ਵਾਲੇ ਜਾਂ ਗੁਰੂ ਸਿਧਾਂਤਾਂ ਨੂੰ ਪਰਨਾਏ ਹੋਏ ਲੋਕ ਜਾਂ ਜੋ ਸਿੱਖ ਕੌਮ ਨੂੰ ਇਸ ਦੁਵਿਧਾ ਦੇ ਵਿੱਚੋਂ ਕੱਢਣਾ ਚਾਹੁੰਦੇ ਆ, ਅਤੇ ਕੁਝ ਕਾਰਨਾਂ ਕਰਕੇ ਉਹ ਬਹੁਤ ਸਾਰੇ ਵੀਰ ਘਰਾਂ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਲੀਡਰਸ਼ਿਪ ਤੋਂ ਆਖ ਕੇ ਬੈਠੇ ਆ। ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਇੱਕ ਇਹੋ ਜਿਹਾ ਮਾਹੌਲ ਸਿਰਜਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਸੀਂ ਇੱਥੋਂ ਦੇ ਯੂਥ ਨੂੰ ਕਿੱਦਾਂ ਜਿਹੜਾ ਵਾ ਉਹ ਗੁਰੂ ਸਿਧਾਂਤਾਂ ਦੇ ਮੁਤਾਬਕ ਜਿਹੜਾ ਵਾ ਉਹ ਲਿਆ ਸਕਦੇ ਹਾਂ, ਅਤੇ ਇੱਕ ਐਸਾ ਪਲੇਟਫਾਰਮ ਕਿੱਦਾਂ ਸਿਰਜ ਸਕਦੇ ਹਾਂ ਵੀ ਇਹ ਇਹ ਕੌਮੀ ਜਿਹੜੀ ਸਾਡੀ ਲੜਾਈ ਆ ਇਹਨੂੰ ਅਸੀਂ ਦੁਨੀਆ ਪੱਧਰ ਦੇ ਉੱਤੇ ਜਾਂ ਇਹ ਆਜ਼ਾਦੀ ਦੀ ਲੜਾਈ ਨੂੰ ਜਿਹੜਾ ਵਾ ਉਹ ਅਸੀਂ ਕਿੱਦਾਂ ਅੱਗੇ ਲੈ ਕੇ ਜਾਣਾ ਵਾ, ਇਹਦੇ ਲਈ ਇਹ ਸਿਸਟਮ ਉਸਾਰਨਾ ਬਹੁਤ ਜ਼ਰੂਰੀ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ
ਇਹਨਾਂ ਦੇ ਨਾਲ ਵਿਚਾਰਾਂ ਕਰਾਂਗੇ ਤੇ ਖੁੱਲਾ ਸੱਦਾ ਦੇਵਾਂਗੇ ਵੀ ਜਿਹੜੇ ਵੀਰ ਇਸ ਚੀਜ਼ ਦੇ ਹੱਕ ਦੇ ਵਿੱਚ ਵਾ ਉਹ ਖੁੱਲ ਕੇ ਸਾਹਮਣੇ ਆਉਣ। ਤੇ ਇੰਨਾ ਹੀ ਕਹਿੰਦਾ ਹੋਇਆ, ਅੱਜ ਸਮਾਂ ਜ਼ਿਆਦਾ ਹੋ ਗਿਆ ਵਾ, ਕੁਝ ਪਹਿਲੋਂ ਤਕਨੀਕੀ ਕਾਰਨਾਂ ਕਰਕੇ ਜਿਹੜੀ ਆ ਸ਼ੁਰੂਆਤ ਲੇਟ ਹੋਈ ਸੀਗੀ, ਤੇ ਕੁਝ ਵੀ ਗਲਤ ਕਹਿ ਗਿਆ ਹੋਵਾਂ ਜਾਂ ਕਿਸੇ ਦੇ ਵਿਰੁੱਧ ਕੋਈ ਸ਼ਬਦ ਜਾਂ ਕਿਸੇ ਦੀ ਇੱਜ਼ਤ ਦੇ ਵਿਰੁੱਧ ਕੋਈ ਸ਼ਬਦ ਮੂੰਹੋਂ ਨਿਕਲ ਗਿਆ ਹੋਵੇ ਤਾਂ ਅਣਜਾਣ ਸਮਝ ਕੇ ਮਾਫ਼ ਕਰਨਾ। ਇੰਨਾ ਹੀ ਕਹਿੰਦਾ ਹੋਇਆ, ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।